ਇੱਕ ਗੱਲ ਕਹਿੰਦੇ ਨੇ, ਜੋ ਦਿਖਦਾ ਉਹ ਵਿਕਦਾ, ਪਰ ਅੱਜ ਸਾਡੇ ਨਾਲ ਜੋ ਮਹਿਮਾਨ ਨੇ ਉਹ ਦਿਖਦੇ ਘੱਟ ਨੇ, ਲੇਕਿਨ ਜੋ ਵੀ ਲਿਖਦੇ ਨੇ ਉਹ ਵਿਕਦਾ। ਸੋ ਜਗਦੀਪ ਸਿੱਧੂ, ਵੈਲਕਮ ਟੂ ਬੱਲੇ ਵਾਲੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸੋ ਪੰਜਾਬੀ ਇੰਡਸਟਰੀ ਬਹੁਤ ਕਿਸਮਤ ਵਾਲੀ ਹੈ ਜਿਨ੍ਹਾਂ ਨੂੰ ਤੁਸੀਂ ਮਿਲੇ ਹੋ। ਸੋ ਥੈਂਕ ਯੂ ਕਰਦੇ ਹਾਂ ਪੰਜਾਬੀ ਇੰਡਸਟਰੀ ਤਰਫ ਤੋਂ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ। ਸੋ ਕਿਸਮਤ ਇੱਕ ਇਹੋ ਜਿਹੀ ਮੂਵੀ ਆਈ ਹੈ ਜਿਹਨੇ ਬਹੁਤ ਜੀ ਚੀਜ਼ਾਂ ਚੇਂਜ ਕਰਤੀ ਇੰਡਸਟਰੀ ਲਈ, ਇੱਕ ਗੋਲ ਸੈੱਟ ਕਰਤਾ ਹੈਗਾ। ਹਾਂਜੀ। ਸੋ ਲੋਕਾਂ ਨੇ ਪਹਿਚਾਣਨਾ ਸਟਾਰਟ ਕੀਤਾ ਜਗਦੀਪ ਸਿੱਧੂ ਨੂੰ। ਹਾਂਜੀ। ਲੇਕਿਨ ਤੁਹਾਡੀ ਸਟਾਰਟਿੰਗ ਕਿੱਥੋਂ ਹੋਈ? ਮੇਰੀ ਸਟਾਰਟਿੰਗ ਸਰ, ਵੈਸੇ ਤਾਂ ਬਹੁਤ ਮੈਨੂੰ ਟਾਈਮ ਹੋ ਗਿਆ, 2009 ਤੋਂ ਮੈਂ ਬੋਂਬੇ ਸਟਰਗਲ ਕਰਨਾ ਸ਼ੁਰੂ ਕੀਤਾ ਸੀ। ਐਂਡ ਬਟ ਮੇਰੀ ਪਹਿਲੀ ਫਿਲਮ ਆਈ ਸੀਗੀ 2013 'ਚ, RSVP ਰੋਂਦੇ ਸਾਰੇ ਵਿਆਹ ਪਿੱਛੋਂ। ਅਤੇ ਫਿਰ ਉਸ ਤੋਂ ਬਾਅਦ 6-7 ਫਲੋਪ ਫਿਲਮਾਂ ਤੋਂ ਬਾਅਦ ਜਿਹੜੀ ਪਹਿਲੀ ਫਿਲਮ ਜਿਹਨੇ ਮੈਨੂੰ ਥੋੜ੍ਹਾ ਬਹੁਤ ਨਾਮ ਦਵਾਇਆ ਉਹ ਸੀਗੀ ਨਿੱਕਾ ਜੈਲਦਾਰ ਵਾਲ। ਸੋ ਨਿੱਕਾ ਜੈਲਦਾਰ ਤੋਂ ਬਾਅਦ ਨਾਮ ਹੋਣ ਲੱਗਿਆ, ਲੇਕਿਨ ਕਿਸਮਤ ਤੋਂ ਬਾਅਦ ਇੱਕ ਪੂਰਾ ਖੁੱਲ੍ਹ ਕੇ ਤੁਸੀਂ ਨਜ਼ਰ ਆਏ। ਸੋ ਜਿਹੜਾ ਇਨ ਬਿਟਵੀਨ ਟਾਈਮ ਸੀਗਾ ਜੋ ਤੁਸੀਂ ਕਹਿ ਰਹੇ ਹੋ ਕਿ ਫਲੋਪ ਮੂਵੀਜ਼ ਆਈਆਂ, ਅਤੇ ਉਸ ਟਾਈਮ 'ਤੇ ਕਦੇ ਹੋਇਆ ਡੀਮੋਟੀਵੇਸ਼ਨ, ਯਾਰ ਨਹੀਂ ਕੰਟੈਂਟ ਨਹੀਂ ਚੱਲ ਰਿਹਾ, ਕੁਛ ਹੋਰ ਚੀਜ਼ਾਂ ਕਰੀਏ? ਨਹੀਂ, ਐਸਾ ਕੁਛ ਨਹੀਂ ਗਾ। ਐਕਚੁਲੀ ਮੈਨੂੰ ਉਹਨਾਂ ਦਿਨਾਂ 'ਚ ਪਤਾ ਸੀ ਵੀ ਇਹ ਫਿਲਮਾਂ ਚੱਲਦੀਆਂ ਨਹੀਂ ਆ। ਓਕੇ। ਕਿਉਂਕਿ ਤੁਹਾਨੂੰ ਕਿਤੇ ਨਾ ਕਿਤੇ ਆਪਣਾ ਕੰਮ ਦੀ ਓਨੈਸਟੀ ਜਾਂ ਤੁਹਾਨੂੰ ਪ੍ਰੋਜੈਕਟ ਦੀ ਸ਼ੂਟਿੰਗ 'ਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਪ੍ਰੋਜੈਕਟ ਕਿੱਥੇ ਜੇ ਖੜਾ ਹੈ, ਹੈ ਨਾ। ਅਤੇ ਉਦੋਂ ਹੋਰ ਕਿਤੇ ਢੰਗ ਦੇ ਮਤਲਬ ਸੈਟਅਪ 'ਚ ਕੰਮ ਕਰਨ ਨੂੰ ਮਿਲ ਨਹੀਂ ਰਿਹਾ ਸੀਗਾ। ਐਂਡ ਉਹ ਮਜਬੂਰੀ ਜੀ ਲਾ ਲਓ ਕਿ ਇੱਕ ਵਾਰੀ ਐਂਟਰੀ ਵਾਸਤੇ ਕਿਤੋਂ ਤਾਂ ਸਟਾਰਟ ਕਰਨਾ ਸੀਗਾ। ਅਤੇ ਕਿਤੇ ਨਾ ਕਿਤੇ ਇਹ ਸੋਚਣੀ ਆਈ ਕਿ ਮੈਂ ਮੇਰਾ ਇਹ ਕੰਮ ਅੱਗੇ ਜਾ ਕੇ ਕਿਤੇ ਨਾ ਕਿਤੇ ਮੈਨੂੰ ਕੰਮ ਖਰਾਬ ਕਰੂਗਾ, ਨਾਮ ਖਰਾਬ ਕਰੂਗਾ, ਕਿਤੇ ਇਹ ਸੋਚ ਕਦੇ ਨਹੀਂ ਆਈ? ਇਹ ਐਕਚੁਅਲੀ ਉਦੋਂ ਨਾਮ ਸੀਗਾ ਹੀ ਨਹੀਂ, ਤਾਂ ਜਦੋਂ ਨਾਮ ਨਹੀਂ ਹੁੰਦਾ ਮੈਨੂੰ ਲੱਗਦਾ ਉਦੋਂ ਤੁਹਾਨੂੰ ਕੁਛ ਖਰਾਬ ਕਰਨ ਨੂੰ ਕੁਛ ਹੈ ਹੀ ਨਹੀਂ ਸੀਗਾ, ਹੈ ਨਾ। ਬਿਲਕੁਲ, ਲਰਨਿੰਗ ਪਾਰਟ ਹੋ ਜਾਂਦਾ। ਹਾਂਜੀ, ਹੁਣ ਡਰ ਲੱਗਦਾ। ਓਕੇ। ਸੋ ਰਾਈਟਰ ਦਾ ਇੱਕ ਸੁਪਨਾ ਹੁੰਦਾ ਕਿ ਇੱਕ ਅੱਛਾ ਪ੍ਰੋਡਿਊਸਰ ਹੋਵੇ ਨਾਲ, ਲੇਕਿਨ ਤੁਹਾਡਾ ਪ੍ਰੋਡਿਊਸਰ ਤੁਹਾਡਾ ਦੋਸਤ ਹੈ ਜੋ ਕਿ ਬਹੁਤ ਅੱਛਾ ਦੋਸਤ ਹੈ, ਸੋ ਤੁਹਾਡੀ ਲਾਈਫ ਕਿੰਨੀ ਈਜ਼ੀ ਹੋ ਗਈ? ਬਹੁਤ ਈਜ਼ੀ ਹੋ ਗਈ ਜੀ, ਕਿਉਂਕਿ ਜਿਵੇਂ ਗੁੱਡੀਆਂ ਪਟੋਲੇ ਹੈ ਨਾ, ਇਹ ਐਮੀ ਨੇ ਪ੍ਰੋਡਿਊਸ ਕੀਤੀ ਹੈ। ਹਾਂਜੀ। ਅਤੇ ਜਦੋਂ ਮਤਲਬ ਤੁਹਾਡਾ ਆਪਦਾ ਨਾਲ ਦਾ ਕੋਈ ਬੰਦਾ, ਤੁਹਾਡਾ ਫਰੈਂਡ ਹੈ ਨਾ, ਜੋ ਤੁਹਾਡੇ ਕੰਟੈਂਟ 'ਤੇ ਭਰੋਸਾ ਕਰ ਰਿਹਾ ਹੁੰਦਾ, ਤਾਂ ਇੱਕ ਬਹੁਤ ਚੀਜ਼ਾਂ ਈਜ਼ੀ ਵੀ ਰਹਿੰਦੀਆਂ ਕਿ ਤੁਹਾਨੂੰ ਉਹਨੂੰ ਕਨਵਿੰਸ ਨਹੀਂ ਕਰਨਾ ਪੈਂਦਾ ਕਿਸੇ ਚੀਜ਼ ਲਈ। ਬਟ ਇੱਕ ਡਰ ਵੀ ਰਹਿੰਦਾ ਕਿ ਯਾਰ ਕਿ ਤੁਹਾਡੇ 'ਤੇ ਕੋਈ ਭਰੋਸਾ, ਇੰਨਾ ਜ਼ਿਆਦਾ ਭਰੋਸਾ ਕਰਕੇ, ਔਰ ਉਹ ਵੀ ਬੰਦਾ ਜਿਹਨੇ 24 ਘੰਟੇ ਤੁਹਾਡੇ ਨਾਲ ਰਹਿਣਾ, ਹੈ ਨਾ, ਕਿਤੇ ਤੁਸੀਂ ਉਹਦਾ ਪੈਸਾ ਖਰਾਬ ਕਰ ਦਿਉ ਤਾਂ ਉੱਠਦੇ ਸੌਂਦੇ ਤੁਸੀਂ ਉਹਦੀ ਸ਼ਕਲ ਦੇਖਣੀ ਹੈ, ਥੋੜ੍ਹਾ ਔਖਾ ਵੀ ਹੋ ਜਾਂਦਾ। ਬਟ ਸਟਾਰਟਿੰਗ ਲਈ ਜਾਂ ਪ੍ਰੋਜੈਕਟ ਮੇਕਿੰਗ ਲਈ ਇਹ ਚੀਜ਼ ਵਧੀਆ ਹੈ ਕਿ ਕੋਈ ਤੁਹਾਡਾ ਆਪਣਾ ਬੰਦਾ ਜਿਹਨੂੰ ਤੁਸੀਂ ਕਿਸੇ ਚੀਜ਼ ਲਈ ਜ਼ਿਆਦਾ ਜਵਾਬ ਦੇ ਨਹੀਂ, ਉਹ ਤੁਹਾਡੇ ਨਾਲ ਹੈ। ਅਤੇ ਜਿਵੇਂ ਦੋਸਤ ਤੁਹਾਡਾ ਐਮੀ ਵਿਰਕ, ਤੁਸੀਂ ਦੱਸਿਆ ਕਿ ਐਜ਼ ਅ ਪ੍ਰੋਡਿਊਸਰ ਵੀ ਹੈ, ਅਤੇ ਜ਼ਿਆਦਾ ਗੱਲਾਂ ਦੋਸਤੀ ਨੂੰ ਲੈ ਕੇ ਹੁੰਦੀਆਂ ਜਾਂ ਮੂਵੀਜ਼ ਤੋਂ ਲੈ ਕੇ ਚੱਲਦੀ ਹੈ ਜ਼ਿਆਦਾ ਟਾਈਮ? ਦੋਸਤੀ ਨੂੰ ਲੈ ਕੇ ਹੁੰਦੀਆਂ ਜੀ, ਮੂਵੀ ਮਾਵੀ ਦੀ ਅਸੀਂ ਬਹੁਤ ਘੱਟ ਗੱਲ ਕਰਦੇ। ਇੰਡਸਟਰੀ ਵਿੱਚ ਕਹਿੰਦੇ ਜਿਵੇਂ ਰਾਜੂ ਇਰਾਨੀ ਅਤੇ ਵਿਨੋਦ ਚੋਪੜਾ ਦੀ ਜੋੜੀ ਹੈ ਬੋਲੀਵੁੱਡ ਵਿੱਚ ਕਾਫੀ ਹਿੱਟ, ਕੀ ਮੂਵੀਜ਼ ਆਉਣੀਆਂ ਤਾਂ ਹਿੱਟ ਆਊਗਾ ਪ੍ਰੋਜੈਕਟ, ਅਤੇ ਕੀ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਜੋੜੀ ਵੀ ਉੱਥੇ ਤਾਂ ਪਹੁੰਚ ਗਈ ਹੈ? ਨਹੀਂ ਜੀ, ਉੱਥੋਂ ਤਾਂ ਨਹੀਂ ਪਹੁੰਚੇ। ਬਟ ਐਕਚੁਅਲੀ ਤੁਹਾਡੀ ਇੱਕ ਅੰਡਰਸਟੈਂਡਿੰਗ ਹੁੰਦੀ ਹੈ ਕਿਸੇ ਬੰਦੇ ਨਾਲ, ਹੈ ਨਾ, ਜਿਹਨੂੰ ਤੁਸੀਂ ਵਾਰ ਵਾਰ ਨਹੀਂ ਸਮਝਾਉਣਾ ਪੈਂਦਾ। ਤੁਸੀਂ ਨਵੇਂ ਬੰਦੇ ਨਾਲ ਕੰਮ ਕਰਦੇ ਹੋ, ਦੋਨਾਂ ਦਾ ਨੇਚਰ, ਦੋਨਾਂ ਦੀ ਅੰਡਰਸਟੈਂਡਿੰਗ, ਦੋਨਾਂ ਦੀਆਂ ਟਰਮਸ ਐਂਡ ਕੰਡੀਸ਼ਨ, ਉਹ ਤੁਹਾਡੀਆਂ ਹਰ ਕਿਤੇ ਫਿੱਟ ਨਹੀਂ ਪੈਂਦੀਆਂ, ਹੈ ਨਾ। ਹੁਣ ਇੱਕ ਬੰਦੇ ਨਾਲ ਤੁਹਾਡੀ ਅੰਡਰਸਟੈਂਡਿੰਗ ਵੀ ਬਹਿ ਗਈ ਹੈ, ਤੁਸੀਂ ਉਹਨੂੰ ਚੰਗੀ ਤਰ੍ਹਾਂ ਜਾਣਦੇ ਹੋ, ਤੁਹਾਨੂੰ ਚੰਗੀ ਤਰ੍ਹਾਂ ਜਾਣਦਾ, ਹੈ ਨਾ, ਔਰ ਉਹਨੂੰ ਮੇਰਾ ਪਤਾ ਹੈ ਕਿ ਮੈਂ ਕਿਹੋ ਜਿਹਾ ਲਿਖ ਸਕਦਾ, ਕੀ ਕਰ ਸਕਦਾ, ਐਂਡ ਮੈਨੂੰ ਉਹਦਾ ਪਤਾ ਕਿ ਉਹਦੀ ਕੀ ਕੈਪੇਬਿਲਟੀਜ਼ ਹੈ, ਤਾਂ ਕਰਕੇ ਸ਼ਾਇਦ ਸਾਡੀ ਜੋੜੀ ਵਰਕ ਕਰਦੀ। ਔਰ ਇਹ ਪਹਿਲਾਂ ਵੀ ਹੋਇਆ, ਅਨੁਰਾਗ ਭਾਅ ਜੀ, ਦਿਲਜੀਤ ਬਾਈ, ਹੈ ਨਾ, ਅੰਬਰ ਬਾਈ, ਅਮਨਿੰਦਰ ਬਾਈ, ਜਸ ਗਰੇਵਾਲ, ਸਿੰਮੀ ਚਹਿਲ, ਤਾਂ ਅਸੀਂ ਵੀ ਉਹਨਾਂ 'ਚੋਂ ਇੱਕ ਹੈ। ਸੋ ਕਦੇ ਇੱਦਾਂ ਹੋਇਆ ਕਿ ਤੁਸੀਂ ਸਟੋਰੀ ਲਿਖ ਲਈ ਅਤੇ ਬਸ ਇਹ ਕਿਉਂਕਿ ਇਹ ਸਟੋਰੀ ਕਰਨੀ ਹੈ ਅਤੇ ਉਹਨਾਂ ਨੇ ਪੁੱਛਿਆ ਵੀ ਨਾ ਕਿ ਠੀਕ ਹੈ ਡਨ ਤੂੰ ਸਟਾਰਟ ਕਰ, ਕੋਈ ਚੱਕਰ ਨਹੀਂ, ਇੱਦਾਂ ਵੀ ਚੱਲਦਾ ਹੈ ਜਾਂ ਪਹਿਲਾਂ ਹੁੰਦਾ ਕਿ ਪਹਿਲਾਂ ਸਟੋਰੀ ਦੱਸੀ ਜਾਂਦੀ ਹੈ ਫਿਰ ਫਾਈਨਲਾਈਜ਼ ਹੁੰਦਾ ਪ੍ਰੋਜੈਕਟ? ਨਹੀਂ, ਉਹ ਐਮੀ ਨਾਲ ਇਹ ਹੈ ਨਹੀਂ ਗਾ ਜੀ, ਬਸ ਆਹ ਫਿਲਮ ਕਰਨੀ ਹੈ, ਡਨ ਹੈ ਨਾ। ਜਿਵੇਂ ਹੁਣ ਅਸੀਂ ਸੁਪਨਾ ਅਨਾਊਂਸ ਕੀਤੀ ਹੈ, ਹਾਂਜੀ, ਐਮੀ ਨੂੰ ਹਜੇ ਤਾਈਂ ਢੰਗ ਨਾਲ ਉਹਦੀ ਸਟੋਰੀ ਵੀ ਨਹੀਂ ਪਤਾ ਵੀ ਕੀ ਫਿਲਮ ਹੈ, ਉਹ ਕੀ ਹੈ ਨਾ। ਓਕੇ। ਸੋ ਗੁੱਡੀਆਂ ਪਟੋਲੇ ਜੋ ਕਿ ਬਹੁਤ ਵਧੀਆ ਹਿੱਟ ਰਹੀ ਹੈ ਇਹਨਾਂ ਦਿਨਾਂ ਦੀ, ਅਤੇ ਉਸ ਤੋਂ ਤੁਸੀਂ ਇੱਕ ਸਟੋਰੀ ਪਾਈ ਹੈ
ਆਪਦੀ ਸੋਸ਼ਲ ਮੀਡੀਆ 'ਤੇ ਜਿੱਥੇ ਤੁਸੀਂ ਪਾਇਆ ਹੋਇਆ ਕਰਦੇ ਥੈਂਕਸ ਕਰਦੇ ਹੋ ਆਪਦੇ ਫੈਨਸ ਨੂੰ ਕਿ ਸਾਡੇ ਹਰਜੀਤਾ ਵਾਲੇ ਜ਼ਖਮ ਵੀ ਭਰ ਗਏ। ਹਾਂਜੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਰਜੀਤਾ ਸਰ, ਸਾਨੂੰ ਅੱਜ ਵੀ ਲੱਗਦਾ ਹੈ ਕਿ ਮਤਲਬ ਮਾਈਟ ਵੀ ਹੋ ਸਕਦਾ ਹੈ ਕਿ ਪਤਾ ਨਹੀਂ ਅਸੀਂ ਗਲਤ ਹੋ ਸਕਦੇ ਹਾਂ, ਬਟ ਲੱਗਦਾ ਹੈ ਕਿ ਉਹ ਫਿਲਮ ਬਹੁਤ ਵਧੀਆ ਸੀਗੀ। ਮਤਲਬ ਉਹਦੇ 'ਚ ਬਹੁਤ ਮਿਹਨਤ ਕੀਤੀ ਗਈ ਸੀ ਐਂਡ ਬੜਾ ਕੁਛ ਸੀਗਾ ਵੀ ਉਹਦੇ 'ਚ। ਜਿੰਨੀ ਮੈਨੂੰ ਲੱਗਦਾ ਜਿੰਨਾ ਹਾਰਡਵਰਕ ਐਮੀ ਨੇ ਉਸ ਫਿਲਮ ਲਈ ਕੀਤਾ, ਉਨਾ ਉਹਨੇ ਸਾਰੀਆਂ ਫਿਲਮਾਂ ਮਿਲਾ ਕੇ ਨਹੀਂ ਕੀਤਾ। ਅਤੇ ਜਦੋਂ ਤੁਸੀਂ ਕਿਸੇ ਫਿਲਮ 'ਚ ਵਾਸ ਇੰਨਾ ਕੁਛ ਪਾਇਆ ਹੋਵੇ ਔਰ ਉਹਦੇ ਇੰਨੇ ਵਿਊਜ਼ ਅੱਜ ਵੀ ਉਹ ਯੂਟਿਊਬ 'ਤੇ ਲੋਕ ਦੇਖਦੇ ਆ ਜਾਂ ਕਿਸੇ ਚੈਨਲ 'ਤੇ ਆਉਂਦੀ ਆ, ਇੰਨੇ ਮੈਸੇਜ ਆਉਂਦੇ ਆ, ਤਾਂ ਕਿਤੇ ਨਾ ਕਿਤੇ ਇਸ ਚੀਜ਼ ਦਾ ਦੁੱਖ ਹੁੰਦਾ ਕਿ ਉਹ ਫਿਲਮ ਜੇ ਬਾਕਸ ਆਫਿਸ 'ਤੇ ਹਿੱਟ ਹੁੰਦੀ ਤਾਂ ਉਹ ਪ੍ਰੋਡਿਊਸਰਾਂ ਦਾ ਪੈਸਾ ਵਾਪਸ ਆ ਸਕਦਾ ਜਿਨ੍ਹਾਂ ਨੇ ਇਹੋ ਜਿਹੀ ਫਿਲਮ 'ਤੇ ਪੈਸਾ ਲਾਇਆ ਨਾ। ਤਾਂ ਉਹ ਇੱਕ ਥੋੜ੍ਹਾ ਜਿਹਾ ਹੈ ਮਨ ਦੇ ਵਿੱਚ ਫੈਨਸ ਲਈ ਸੀਗਾ ਕਿ ਤੁਸੀਂ ਉਸ ਚੀਜ਼ਾਂ ਨੂੰ ਵੀ ਥੋੜ੍ਹਾ ਦੇਖੋ। ਮਤਲਬ ਤੁਸੀਂ ਇਹ ਕਹਿੰਦੇ ਹੋ ਉਹ ਜਿਹੀਆਂ ਫਿਲਮਾਂ ਜੇ ਤੁਸੀਂ ਦੇਖੋਗੇ ਤਾਂ ਹੀ ਉਹ ਜਿਹੀਆਂ ਫਿਲਮਾਂ ਬਣਨਗੀਆਂ, ਹੈ ਨਾ? ਬਿਲਕੁਲ, ਨਹੀਂ ਤਾਂ ਫਿਰ ਮਤਲਬ ਬਾਕੀ ਤਾਂ ਚੱਲ ਰਿਹਾ। ਅਸੀਂ ਨਾ ਤੁਹਾਨੂੰ ਹਮੇਸ਼ਾ ਦੇਖਿਆ, ਮਤਲਬ ਤੁਸੀਂ ਸੋਸ਼ਲੀ ਬੜਾ ਸੀਰੀਅਸ ਜਿਹੇ ਰਹਿੰਦੇ ਹੋ, ਲੇਕਿਨ ਜਿਹੜੇ ਤੁਹਾਡੇ ਕਰੈਕਟਰ ਹੈ ਮੂਵੀਜ਼ ਦੇ ਅੰਦਰ ਉਹ ਬੜੇ ਆਊਟਸਪੋਕਨ ਜਿਹੇ, ਮਤਲਬ ਪੰਜਾਬੀ 'ਚ ਕਿਹੜੇ ਭੌਂਕੇ ਜਿਹੇ ਹੈਗੇ ਆ ਨਾ, ਅਤੇ ਇਹ ਜਿਹੜਾ ਮੂਡ ਸਵਿੱਚ ਹੁੰਦਾ ਹੈ ਕੰਟੈਂਟ ਵਾਈਜ਼, ਇਹ ਕਦੋਂ ਹੁੰਦਾ? ਨਹੀਂ, ਮੈਂ ਸੋਸ਼ਲੀ ਵੀ ਤੁਹਾਨੂੰ ਐਵੇਂ ਲੱਗਦਾ ਕਿ, ਬਟ ਨਾਮ ਵੀ ਮੈਂ ਨੋਰਮਲੀ ਰਹਿੰਦਾ, ਅਤੇ ਜੋ ਕਰੈਕਟਰਸ ਹੁੰਦੇ ਉਹ ਤਾਂ ਮੋਸਟ ਤੁਸੀਂ ਤੁਹਾਡੀ ਲਾਈਫ ਦੇ ਆਸੇ ਪਾਸੇ ਦੇ ਜਿਹੜੇ ਤੁਸੀਂ ਕਰੈਕਟਰ ਬਚਪਨ ਤੋਂ ਲੈ ਕੇ ਹੁਣ ਤਾਂ ਹੀ ਦੇਖੇ ਆ ਨਾ, ਉਹਨਾਂ ਨੂੰ ਹੀ ਮੈਂ ਕਿਤੇ ਨਾ ਕਿਤੇ ਮਤਲਬ ਜਿਹਨੂੰ ਦੇਖਦਾ ਜੋ ਕੋਈ ਚੀਜ਼ ਮੈਨੂੰ ਵਧੀਆ ਲੱਗਦੀ ਹੈ ਤਾਂ ਉਹ ਕਿਤੇ ਨਾ ਕਿਤੇ ਮਾਇੰਡ 'ਚ ਰਹਿ ਜਾਂਦੀ ਹੈ। ਜਦੋਂ ਤੁਸੀਂ ਸਕ੍ਰਿਪਟ ਲਿਖਦੇ ਹੋ ਤਾਂ ਤੁਹਾਡੀ ਹੀ ਲਾਈਫ ਦੇ ਤਜਰਬੇ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਅੱਡ ਅੱਡ ਕਰੈਕਟਰਾਂ ਸੈੱਟ ਕਰਦੇ ਹੋ। ਤੁਹਾਨੂੰ ਜਦੋਂ ਸੋਸ਼ਲੀ ਦੇਖਦੇ ਨਾ ਬੜੇ ਸੀਰੀਅਸ ਜਿਹੇ ਰੋਲ 'ਚ ਰਹਿੰਦੇ ਹੋ ਅਤੇ ਉਹ ਜਿਹੜੇ ਕਰੈਕਟਰ ਨੇ ਉਹ ਬੜੇ ਅਲੱਗ ਟਾਈਪ ਦੇ, ਤਾਂ ਪਤਾ ਨਹੀਂ ਚੱਲਦਾ ਤੁਸੀਂ ਕਦੋਂ ਸਵਿੱਚ ਔਨ ਹੁੰਦੇ ਹੋ, ਮਤਲਬ ਔਨ ਸਕਰੀਨ ਹੁੰਦੇ ਹੋ ਜਾਂ ਪਹਿਲਾਂ ਸਕ੍ਰਿਪਟ ਲਿਖਦੇ ਹੋ, ਟਾਈਮ ਹੀ ਹੋ ਜਾਂਦੇ ਹੋ? ਨਹੀਂ, ਸਕ੍ਰਿਪਟ ਲਿਖਦੇ ਟਾਈਮ ਹੀ ਹੋ ਜਾਂਦੇ ਜੀ, ਇਹੋ ਜਿਹਾ ਕੋਈ ਚੱਕਰ ਨਹੀਂ। ਓਕੇ, ਸੋ ਕਿਸਮਤ ਮੂਵੀ ਦੀ ਗੱਲ ਕਰਦੇ ਹਾਂ ਕਿ ਤੁਸੀਂ ਉਹਦੇ ਵਿੱਚ ਕਾਫੀ ਫੋਕਸ ਕੀਤਾ ਕੰਟੈਂਟ ਨੂੰ ਲੈ ਕੇ। ਹਾਂਜੀ, ਜਿੱਦਾਂ ਕਿ ਬਾਲੀਵੁੱਡ ਵਿੱਚ ਅਨੁਰਾਗ ਜੀ ਕਰਦੇ ਨੇ, ਅਤੇ ਉਸ ਨੂੰ ਲੈ ਕੇ ਤੁਹਾਨੂੰ ਇੱਕ ਆਫਰ ਵੀ ਆਈ, ਅਪਰੋਚ ਵੀ ਹੋਇਆ। ਹਾਂਜੀ, ਸੋ ਕੀ ਇਹ ਕੰਟੈਂਟ ਨੂੰ ਲੈ ਕੇ ਫੋਕਸ ਕਰਕੇ ਤੁਹਾਨੂੰ ਅਪਰੋਚ ਮਿਲੀ ਹੈ, ਕੀ ਸੀਨ ਸੀ ਉਸ ਨੂੰ ਲੈ ਕੇ? ਨਹੀਂ, ਐਕਚੁਲੀ ਮੇਰਾ ਜਿਹੜਾ ਬੋਲੀਵੁੱਡ ਦਾ ਇੱਥੇ ਪੰਜਾਬੀ ਇੰਡਸਟਰੀ ਦਾ ਜਿਹੜਾ ਸਫ਼ਰ ਹੈ ਉਹ ਟੋਟਲੀ ਅੱਡ ਹੈ। ਜਿਹੜਾ ਮੇਰਾ ਬੋਲੀਵੁੱਡ ਦਾ ਸਟਰਗਲ ਹੈ ਉਹ 2009 ਤੋਂ ਹੁਣ ਤਾਂ ਹੀ ਚੱਲ ਰਿਹਾ। ਉਹਨਾਂ ਉਸ ਫਿਲਮ ਦਾ ਇੰਨਾ ਫਿਲਮਾਂ ਨਾਲ ਕੋਈ ਲੈਣਾ ਦੇਣਾ ਨਹੀਂਗਾ, ਅਤੇ ਉਹ ਉਸੇ ਸਟਰਗਲ 'ਚੋਂ ਮੈਨੂੰ ਮਤਲਬ ਬਹੁਤ ਟਾਈਮ ਬਾਅਦ ਜਾ ਕੇ ਇੱਕ ਫਿਲਮ ਮਿਲੀ। ਉਹ ਤੋਂ ਪਹਿਲਾਂ ਇੱਕ ਦੋ ਫਿਲਮ ਹੈ ਜੋ ਇੱਕ ਧਰਮਾਂ ਦੀ ਫਿਲਮ ਸੀਗੀ, ਕਰਨ ਮਲਹੋਤਰਾ ਸਰ ਕਰ ਰਹੇ ਸੀ, ਉਹਦੇ ਡਾਇਲੋਗ ਲਿਖੇ ਸੀ ਮੈਂ, ਉਹ ਐਂਡ ਮੌਕੇ 'ਤੇ ਫਿਲਮ ਬਣਦੀ ਬਣਦੀ ਰਹਿ ਗਈ ਸੀ। ਇਹੋ ਜਿਹੇ ਦੋ ਤਿੰਨ ਪ੍ਰੋਜੈਕਟ ਹੈ, ਬਟ ਉਹ ਚੱਲਦੇ 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 ਫਾਈਨਲੀ ਹੁਣ ਮੇਰੀ ਪਹਿਲੀ ਫਿਲਮ ਐਜ਼ ਏ ਡਾਇਲੋਗ ਰਾਈਟਰ ਆ ਰਹੀ ਹੈ। ਸੋ ਬੋਲੀਵੁੱਡ ਵੀ ਹੈ ਅਤੇ ਬੋਲੀਵੁੱਡ ਵੀ, ਕੀ ਡਿਫਰੈਂਸ ਤੁਸੀਂ ਦੇਖਦੇ ਹੋ ਇਹ ਦੋਨਾਂ ਵਿੱਚ, ਕੀ ਮੇਜਰ ਡਿਫਰੈਂਸ ਆਪਾਂ ਕਹਿ ਸਕਦੇ ਹਾਂ? ਮੇਜਰ ਡਿਫਰੈਂਸ ਸਰ ਬਜਟ ਹੁੰਦੇ ਆ, ਥੋੜ੍ਹਾ ਜਿਹਾ ਪ੍ਰੋਫੈਸ਼ਨਲਿਜ਼ਮ ਜ਼ਿਆਦਾ ਹੈ ਉੱਧਰ, ਉੱਧਰ ਥੋੜ੍ਹਾ ਜਿਹਾ ਵੱਡੇ ਲੈਵਲ 'ਤੇ ਕੰਮ ਹੁੰਦਾ ਹੈ, ਔਰ ਇੱਧਰ ਤੁਸੀਂ ਚੁਟਕੀ ਨਾਲ ਫਿਲਮ ਗੜੀ ਕਰਦੇ ਨੇ, ਅੱਜ ਕਹਿੰਦੇ ਕੱਲ੍ਹ ਸ਼ੂਟ 'ਤੇ ਚਲੇ ਜਾਂਦੇ। ਤੁਹਾਨੂੰ ਕੀ ਲੱਗਦਾ ਕਿ ਇਹ ਚੇਂਜਿਸ ਬੋਲੀਵੁੱਡ ਕਦੋਂ ਕਰ ਪਾਊਗਾ ਅਨਾਊਂਸ ਕਿ ਯਾਰ ਨਹੀਂ ਥੋੜ੍ਹਾ ਜਿਹਾ ਸਟੈਂਡਰਡ ਨਾਲ ਚੱਲੀਏ ਆਪਾਂ? ਕਦੋਂ ਲੱਗਦਾ ਕਿ ਇੰਨੇ ਸਾਲ ਹਜੇ ਕਵਰ ਹੋਏ, ਕਿਉਂਕਿ ਗਾਣੇ ਤਾਂ ਪਹੁੰਚ ਗਏ ਬੋਲੀਵੁੱਡ ਵਿੱਚ, ਲੇਕਿਨ ਬੋਲੀਵੁੱਡ ਦੀ ਕਈ ਚੀਜ਼ਾਂ ਬੋਲੀਵੁੱਡ 'ਚ ਹਜੇ ਆਉਣੀਆਂ, ਤੁਹਾਨੂੰ ਕਦੋਂ ਲੱਗਦਾ ਕਿੰਨਾ ਟਾਈਮ ਹੋਰ ਲਊਗੀ? ਨਹੀਂ, ਸਾਨੂੰ ਫਿਲਮਾਂ 'ਚ ਥੋੜ੍ਹਾ ਜਿਹਾ ਹਜੇ ਔਖਾ ਲੱਗਦਾ ਕਿਉਂਕਿ ਪੰਜਾਬੀ ਫਿਲਮ ਦੇ ਵਿੱਚ ਇੱਕ ਬਜਟ ਹੈ ਜਿਹੜਾ ਮਤਲਬ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਲਈ ਈਜ਼ੀ ਹੈ ਉਹਨਾਂ ਬਜਟ ਅਰੇਂਜ ਕਰਨਾ, ਨਾ ਕੋਈ ਵੀ ਬੰਦਾ ਉਹਨਾਂ ਕੁ ਬਜਟ ਇਕੱਠਾ ਕਰਕੇ ਫਿਲਮ ਬਣਾ ਸਕਦਾ। ਬਟ ਜੇ ਤੁਸੀਂ ਬੋਲੀਵੁੱਡ 'ਚ ਫਿਲਮ ਬਣਾਉਣੀ ਹੈ ਤੁਹਾਨੂੰ ਜਿੰਨਾ ਬਜਟ ਫਿਲਮ ਬਣਾਉਣ ਨੂੰ ਚਾਹੀਦਾ ਉਹਨਾਂ ਨੂੰ ਪ੍ਰਮੋਟ ਕਰਨ ਲਈ ਵੀ ਚਾਹੀਦਾ, ਤਾਂ ਥੋੜ੍ਹਾ ਜਿਹਾ ਉੱਥੇ ਅਨਪ੍ਰੋਫੈਸ਼ਨਲਿਜ਼ਮ ਘੱਟ ਹੈ। ਇੱਥੇ ਕੋਈ ਵੀ ਚੱਲੀ ਮਤਲਬ ਫਿਲਮ ਬਣਾ ਸਕਦਾ ਤਾਂ ਥੋੜ੍ਹਾ ਜਿਹਾ ਟਾਈਮ ਲੱਗੂਗਾ। ਸੋ ਇੱਕ ਕੁਐਸਚਨ ਉਹਨਾਂ ਲਈ ਹੈ ਜੋ ਤੁਹਾਨੂੰ ਫੋਲੋ ਕਰਦੇ ਨੇ, ਕਿ ਮਤਲਬ ਕਿਸ ਚੀਜ਼ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਜਦੋਂ ਤੁਸੀਂ ਲਿਖਦੇ ਹੋ ਸਟੋਰੀ, ਸਕ੍ਰਿਪਟ, ਸਕ੍ਰੀਨ ਪਲੇ, ਐਂਡ ਤਿੰਨਾਂ ਵਿੱਚੋਂ ਕਿਹੜੀ ਚੀਜ਼ ਜ਼ਿਆਦਾ ਇੰਪੋਰਟੈਂਟ ਰਹਿੰਦੀ ਹੈ? ਮਤਲਬ ਕਿਸੇ ਵੀ ਫਿਲਮ ਲਈ ਮੈਨੂੰ ਲੱਗਦਾ ਕਿ ਸਕ੍ਰੀਨ ਪਲੇ ਸਭ ਤੋਂ ਇੰਪੋਰਟੈਂਟ ਹੁੰਦਾ ਹੈ, ਕਿ
ਮਤਲਬ ਦੁਨੀਆ ਜਾਣ ਦੇ ਜਿਹੜੇ ਵੱਡੇ ਵੱਡੇ ਫਿਲਮ ਮੇਕਰਸ ਹੈ ਉਹਨਾਂ ਨੇ ਮਤਲਬ ਸਕਰੀਨ ਪਲੇਅ ਨੂੰ ਹਮੇਸ਼ਾ ਸਭ ਤੋਂ ਇੰਪੋਰਟੈਂਟ ਪਾਰਟ ਮੰਨਿਆ ਅਤੇ ਮੈਨੂੰ ਵੀ ਲੱਗਦਾ ਕਿ ਕਿਤੇ ਨਾ ਕਿਤੇ ਮੈਂ ਡਾਇਲੋਗਸ ਪੰਜਾਬੀ ਇੰਡਸਟਰੀ 'ਚ ਫਿਰ ਵੀ ਡਾਇਲੋਗ ਬਹੁਤ ਵਰਕ ਕਰਦੇ ਆ ਬਟ ਮੈਨੂੰ ਲੱਗਦਾ ਡਾਇਲੋਗ 19-21 ਇੱਧਰ ਉੱਧਰ ਹੋਣ ਤਾਂ ਕੋਈ ਇੰਨਾ ਇਸ਼ੂ ਨਹੀਂ ਗਾ ਬਟ ਤੁਹਾਡਾ ਸਕਰੀਨ ਪਲੇਅ ਫਿਲਮ ਦਾ ਰਾਈਟ ਹੋਣਾ ਚਾਹੀਦਾ। ਓਕੇ, ਸੋ ਬਹੁਤ ਸੀਰੀਅਸ ਗੱਲਾਂ ਹੋ ਗਈ, ਮੈਨੂੰ ਇੱਕ ਕੁਸ਼ਚਨ ਪੁੱਛਣਾ ਸੀਗਾ ਕਿ ਜਿਹੜੀ ਇੰਡਸਟਰੀ 'ਚ ਆਪਾਂ ਕੰਮ ਕਰ ਰਹੇ ਹਾਂ ਨਾ ਉੱਥੇ ਮਤਲਬ ਬਹੁਤ ਔਖਾ ਹੁੰਦਾ ਸਮਝਾਉਣਾ ਕਿ ਆਪਾਂ ਕੀ ਕਰ ਰਹੇ ਹਾਂ, ਜਿਵੇਂ ਤੁਸੀਂ ਰਾਈਟਰ ਹੋ, ਤੁਹਾਡੇ ਤੋਂ ਪੁੱਛੇ ਕੀ ਕਰ ਤੁਸੀਂ ਰਾਈਟਰ ਹੋ, ਹਾਂਜੀ, ਤਾਂ ਰਾਈਟਰ ਦਾ ਇੱਕੋ ਸੋਚਾਂਦਾ ਕਿ ਗਾਣੇ ਲਿਖ ਦਊਗਾ ਯਾਰ, ਹਾਂਜੀ, ਅਤੇ ਕਦੇ ਇੱਦਾਂ ਦਾ ਹੋਇਆ ਕਿ ਤੁਹਾਨੂੰ ਕਿਸੇ ਯਾਰ ਮੇਰਾ ਵੀ ਗਾਣਾ ਲਿਖ ਦੇ, ਜਾਂ ਕਦੇ ਮੇਰਾ ਯਾਰ ਕੋਈ ਐਪਲੀਕੇਸ਼ਨ ਲਿਖ ਦੇ, ਕਦੇ ਇੱਦਾਂ ਦੀ ਸੀਨ ਹੋਇਆ ਤੁਹਾਡੇ ਨਾਲ ਵੀ? ਨਹੀਂ, ਹੁੰਦਾ ਜੀ, ਬਹੁਤ ਵਾਰੀ ਹੁੰਦਾ, ਪੋਲੀਟੀਕਲ ਪਾਰਟੀ ਜਿੱਦਾਂ ਹੁੰਦਾ ਕਿ ਰੈਲੀ ਲਿਖ ਦਿਓ ਉਹਨਾਂ ਦੀ, ਹੈ ਨਾ, ਜਾਂ ਬਹੁਤ ਸਾਰਿਆਂ ਨੂੰ ਲੱਗਦਾ ਕਿ ਮਾਈਟ ਵੀ ਗਾਣੇ ਲਿਖ ਦਊਗਾ, ਹੈ ਨਾ, ਪੁੱਛਦੇ ਵੀ ਗਾਣਾ ਕਿਹੜਾ ਆਇਆ, ਹੁਣ ਥੋੜ੍ਹਾ ਜਿਹਾ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ, ਬਟ ਪਹਿਲਾਂ ਐਂ ਹੁੰਦਾ ਸੀਗਾ ਕਿ ਜ਼ਿਆਦਾਤਰ ਰਾਈਟਰ ਦੇ ਨਾਂ 'ਤੇ ਹੀ ਪੁੱਛਦਾ ਸੀ ਵੀ ਗਾਣਾ ਕਿਹੜਾ ਲਿਖ। ਓਕੇ, ਸੋ ਅੱਗੇ ਮੂਵ ਔਨ ਹੋਣੇ ਆ, ਸਾਡੇ ਕੋਲ ਅਸੀਂ ਤੁਹਾਡੇ ਫੈਨਸ ਤੋਂ ਕੁਝ ਕੁਐਸਚਨਸ ਪੁੱਛੇ ਸੀ ਆਪਣੇ ਸੋਸ਼ਲ ਮੀਡੀਆ ਤੋਂ, ਅਤੇ ਉਹਨਾਂ ਦੇ ਕੁਝ ਕੁਐਸਚਨਸ ਆਏ ਆ, ਤੁਸੀਂ ਉਹਨਾਂ ਦਾ ਨਾਮ ਲੈ ਕੇ ਪਲੀਜ਼ ਆਨਸਰ ਦਿਓ। ਹਾਂਜੀ, ਅਮਾਨਤ ਧਾਲੀਵਾਲ ਬਾਈ ਦਾ ਕੁਐਸਚਨ ਹੈ ਕਿ ਕਿਸਮਤ ਨੇ ਸਾਰੀਆਂ ਮੂਵੀਜ਼ ਦੇ ਰਿਕਾਰਡ ਤੋੜੇ ਸੀ, ਅਤੇ ਤੁਹਾਨੂੰ ਲੱਗਦਾ ਹੈ ਕਿ ਸੁਫਨਾ ਕਿਸਮਤ ਦਾ ਰਿਕਾਰਡ ਤੋੜ ਦੂਗੀ? ਪਤਾ ਨਹੀਂ ਬਾਈ, ਪਹਿਲਾਂ ਕਿਉਂਕਿ ਕਿਸਮਤ ਵੀ ਐਂ ਸੋਚ ਕੇ ਨਹੀਂ ਬਣਾਈ ਸੀ ਕੋਈ ਰਿਕਾਰਡ ਤੋੜਨ ਲਈ, ਅਤੇ ਅਗੇਨ ਸੁਫਨਾ ਵੀ ਇੱਕ ਥੋੜ੍ਹੀ ਜਿਹੀ ਡਿਫਰੈਂਟ ਫਿਲਮ ਹੈ, ਕਿਸਮਤ ਤੋਂ ਬਹੁਤ ਹਟ ਕੇ ਹੈ, ਔਰ ਲਵ ਸਟੋਰੀ ਹੈ, ਬਟ ਇੱਕ ਇਹੋ ਜਿਹੀ ਲਵ ਸਟੋਰੀ ਹੈ ਜਿਹਦੇ ਬਾਰੇ ਘੱਟ ਹੀ ਗੱਲ ਕੀਤੀ ਜਾਂਦੀ ਹੈ। ਸੋ ਸਾਡਾ ਸਿਰਫ ਇੰਨਾ ਕਿਹਾ ਕਿ ਅਸੀਂ ਫਿਲਮ ਵਧੀਆ ਬਣਾਉਣੀ ਹੈ, ਬਾਕੀ ਰਿਕਾਰਡ ਦਾ ਜੇ ਮਤਲਬ ਲੋਕਾਂ ਨੇ ਦੇਖੀ ਤਾਂ ਸ਼ਾਇਦ ਟੁੱਟ ਜਾਣਗੇ। ਇੱਕ ਸਾਧਵੀ ਜੀ ਦਾ ਕੁਐਸਚਨ ਹੈ ਜੀ, ਵਟ ਵਾਜ਼ ਦੈਟ ਮੂਮੈਂਟ ਵਿੱਚ ਮੇਡ ਯੂ ਰਾਈਟ? ਮੈਂ ਐਕਚੁਲੀ ਡੇਲੀ ਡਾਇਰੀ ਲਿਖਣੀ ਸ਼ੁਰੂ ਕੀਤੀ ਸੀਗੀ 2003 ਦੇ ਵਿੱਚ, ਅਤੇ ਮੈਂ 10 ਸਾਲ ਲਗਾਤਾਰ ਡੇਲੀ ਡਾਇਰੀ ਲਿਖੀ ਹੈ ਨਾ। ਉਹ ਇੱਕ ਐਸਾ ਟਾਈਮ ਸੀਗਾ ਕਿ ਜਦੋਂ ਬਹੁਤ ਲਾਈਫ ਨੂੰ ਲੈ ਕੇ ਤੁਹਾਨੂੰ, ਤੁਸੀਂ ਇੱਕ ਏਜ ਐਸੀ ਹੁੰਦੀ ਹੈ ਨਾ ਕਿ 12th ਤੁਸੀਂ ਕੀਤੀ ਹੁੰਦੀ ਹੈ, ਤੁਹਾਡਾ ਫੈਮਿਲੀ ਦਾ ਬਹੁਤ ਪ੍ਰੈਸ਼ਰ ਹੁੰਦਾ ਹੈ, ਅਤੇ ਤੁਹਾਡੇ ਸਕੂਲ ਫਰੈਂਡਸ ਅੱਡ ਹੋ ਗਏ ਹੁੰਦੇ ਆ, ਇੱਕ ਨਵੇਂ ਰਾਹ 'ਤੇ ਤੁਸੀਂ ਜਾਣਾ ਹੁੰਦਾ, ਅਤੇ ਲਾਈਫ ਦੇ ਵਿੱਚ ਬਹੁਤ ਉਥਲ ਪੁਥਲ ਜਿਹੀ ਹੁੰਦੀ ਹੈ, ਤਾਂ ਮੈਨੂੰ ਉਦੋਂ ਉਹਨਾਂ ਦਿਨਾਂ 'ਚ ਐਂ ਹੁੰਦਾ ਸੀ ਕਿ ਬਹੁਤ ਸਾਰੇ ਸਵਾਲ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਸੀ ਜੋ ਕਿਸੇ ਨੂੰ ਤੁਸੀਂ ਕਹਿ ਨਹੀਂ ਸਕਦੇ, ਕਿਸੇ ਨੂੰ ਦੱਸ ਨਹੀਂ ਸਕਦੇ, ਤਾਂ ਮੈਂ ਉਹਨਾਂ ਗੱਲਾਂ ਨੂੰ ਡਾਇਰੀ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਸੀ, ਅਤੇ ਮੈਂ ਲਗਾਤਾਰ 10 ਸਾਲ ਡੇਲੀ ਡਾਇਰੀ ਕੀਤੀ ਹੈ, ਲਿਖੀ ਹੈ, ਉਹਦੇ ਕਰਕੇ ਮੈਨੂੰ ਲੱਗਦਾ ਕਿ ਮੈਂ ਰਾਈਟਰ ਬਣ ਗਿਆ। ਮੈਂ ਉੱਥੋਂ ਮਤਲਬ ਇੰਨੀ ਪ੍ਰੈਕਟਿਸ ਹੋ ਗਈ 10 ਸਾਲ ਰੋਜ਼ ਲਿਖਣਾ, ਮਸਾਂ ਮਤਲਬ 15-20 ਦਿਨ ਹੋਣੇ ਕਿ ਮੈਂ ਨਹੀਂ ਲਿਖੇ ਹੋਣਾ, ਅਤੇ ਉਸ ਚੀਜ਼ ਕਰਕੇ ਮਤਲਬ ਉਹ ਇੱਕ ਮੂਮੈਂਟ ਸੀਗਾ ਜਿੱਥੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ। ਸੋ ਉਹ ਜਿਹੜੀ ਡਾਇਰੀ ਤੁਸੀਂ ਲਿਖੀ ਹੋਈ ਹੈ ਉਹਦੇ ਵਿੱਚ ਕੋਈ ਫਿਲਮ ਹੈਗੀ ਹੈ ਕਿ ਜਿਹੜੀ ਆਉਣ ਵਾਲੀ ਹੋਵੇ ਅੱਗੇ ਅਪਕਮਿੰਗ 'ਚ? ਨਹੀਂ, ਉਹਦੇ 'ਚ ਕੋਈ ਫਿਲਮ ਨਹੀਂ ਗੀ, ਉਹਦੇ 'ਚ ਮੈਂ ਮੋਸਟਲੀ ਆਪਣੇ ਹੀ ਲਾਈਫ ਦੇ ਜੋ ਇੰਸੀਡੈਂਟਸ ਹੁੰਦੇ ਸੀ, ਜਾਂ ਮੈਂ ਕਿਸੇ ਪਰਸਨ ਨੂੰ ਲੈ ਕੇ ਕੁਛ ਸੋਚਦਾ ਸੀਗਾ, ਜਾਂ ਸੁਪਨੇ ਹੁੰਦੇ ਸੀ, ਮਤਲਬ ਉਹਨਾਂ 'ਚ ਇਹੀ ਲਿਖ ਇਹੀ ਬਹੁਤ ਵਾਰੀ ਤਾਂ ਇਹੀ ਲਿਖਿਆ ਹੁੰਦਾ ਸੀਗਾ ਕਿ ਨਹੀਂ ਮੈਂ ਇੱਕ ਦਿਨ ਬਣ ਜੂੰਗਾ, ਮੈਂ ਉੱਥੇ ਪਹੁੰਚ ਜੂੰਗਾ, ਹੈ ਨਾ, ਤਾਂ ਬਹੁਤ ਹੋਪ ਜਾਂ ਬਿਲੀਵ ਦੀਆਂ ਗੱਲਾਂ ਹੁੰਦੀਆਂ ਸੀ ਉਹਦੇ 'ਚ। ਇੱਕ ਰੀਅਲ ਲਾਈਫ ਸਟੋਰੀ ਉੱਥੋਂ ਨਿਕਲ ਤਾਂ ਸਕਦੀ ਹੈ, ਕਹਿ ਸਕਦੇ ਹਾਂ ਕਿ, ਕਿਉਂਕਿ ਅੱਜ ਕੱਲ੍ਹ ਕਿਤੇ ਨਾ ਕਿਤੇ ਹਰ ਕੋਈ ਕੁਇਟ ਕਰ ਜਾਂਦਾ ਹੈ, ਅਤੇ ਹੋਪ ਵਾਸਤੇ ਕਿ ਮੂਵੀ ਉੱਥੋਂ ਕੱਢ ਸਕਦੇ ਹਾਂ ਆਪਾਂ, ਕਹਿ ਸਕਦੇ ਕਿ 10 ਸਾਲ ਦੀ ਡਾਇਰੀ ਹੈ ਉਹ। ਨਹੀਂ, ਮੈਂ ਮੇਰੇ ਦੋਸਤਾਂ ਨੂੰ ਛੇੜਦਾ ਹੁੰਦਾ ਸੀ, ਉਹ ਕਹਿੰਦੇ ਹੁੰਦੇ ਸੀ ਕਿ ਟਾਈਮ ਪਾਸ ਹੋ ਰਿਹਾ ਇਹ, ਕੀ ਕਰਦਾ ਰਹਿੰਦਾ ਤੂੰ, ਹੈ ਨਾ, ਤਾਂ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਵੀ ਜਦੋਂ ਮੈਂ ਕੁਛ ਬਣ ਗਿਆ ਨਾ ਮੈਂ ਬਹੁਤ ਮਹਿੰਗੇ ਪੈਸਿਆਂ 'ਚ ਵੇਚੂੰਗਾ ਇਹਨੂੰ। ਅਤੇ ਇੱਕ ਸਵਾਲ ਹੈ ਜੀ ਅੰਮ੍ਰਿਤਾ ਸਿੰਘ ਦਾ ਕਿ ਗੁੱਡੀਆਂ ਪਟੋਲੇ 'ਚ ਗੁਰਨਾਮ ਨਾਲ ਕੰਮ ਕਰਕੇ ਮਜ਼ਾ ਆਇਆ? ਹਾਂਜੀ, ਬਹੁਤ ਮਜ਼ਾ ਆਇਆ। ਗੁਰਨਾਮ ਮੈਨੂੰ ਬਹੁਤ ਸ਼ੁਰੂ ਤੋਂ, ਜਦੋਂ ਉਹਦਾ ਡਾਇਮੰਡ ਗਾਣਾ ਵੀ ਨਹੀਂ ਆਇਆ ਸੀ ਮੈਨੂੰ, ਉਦੋਂ ਪਤਾ ਨਹੀਂ ਲੱਗਦਾ ਹੁੰਦਾ ਸੀ ਕਿ ਇਹ ਮੁੰਡਾ ਅੱਗੇ ਚੱਲ ਕੇ ਵਧੀਆ ਐਕਟਰ ਬਣ ਸਕਦਾ, ਉਹਦੇ ਕੋਲ ਲੁੱਕਸ ਹੈ ਨਾ, ਉਹਦੀ ਸਮਾਈਲ ਬਹੁਤ ਵਧੀਆ, ਅਤੇ ਬਹੁਤ ਸਟਰਗਲ ਕਰਕੇ ਆਇਆ ਉਹ। ਜਿਹੜੇ ਬੰਦੇ ਨੇ ਸਟਰਗਲ ਕੀਤਾ ਹੋਵੇ ਉਹਦੇ ਕੋਲ ਬਹੁਤ ਸਾਰੇ ਇਮੋਸ਼ਨਸ ਹੁੰਦੇ ਆ ਕੱਢਣ ਲਈ, ਜੋ ਹੈ ਕਿ ਇੱਕ ਐਕਟਰ ਲਈ ਬਹੁਤ ਵਧੀਆ ਗੱਲ ਹੈ, ਅਤੇ ਵਧੀਆ। ਮੈਂ ਉਹਨਾਂ ਜ਼ਿਆਦਾ ਸ਼ੂਟ 'ਤੇ ਨਹੀਂ ਰਹਿ ਪਾਇਆ ਉਹ ਫਿਲਮ ਦੀ, ਕਿਉਂਕਿ ਮੇਰੀ ਆਪਦੀ ਛੜਾ ਨਾਲ ਚੱਲ ਰਹੀ ਸੀ,
ਬਟ ਹੁਣ ਮੈਂ ਉਹਦੇ ਨਾਲ ਸੁਰਖੀ ਬਿੰਦੀ ਕਰ ਰਿਹਾ ਅਤੇ ਸਾਡਾ ਸ਼ੂਟ ਸਟਾਰਟ ਹੋਣ ਵਾਲਾ ਹੈ। ਸੋ ਗੁਰਨਾਮ ਨੇ ਪੂਰੀ ਮੂਵੀ ਐਜ਼ ਅ ਡੈਬਿਊ ਮਤਲਬ ਕੀਤੀ, ਅਤੇ ਤੁਹਾਨੂੰ ਕਿੰਨਾ ਔਖਾ ਹੋਇਆ ਐਜ਼ ਐਕਟਰ ਨਾਲ ਡੀਲ ਕਰਨਾ? ਨਹੀਂ ਹੈ, ਕਿਉਂਕਿ ਉਹ ਤਾਂ ਡਾਇਰੈਕਟਰ ਸਰ ਦਾ ਕੰਮ ਸੀਗਾ, ਵਿਜੇ ਸਰ ਨੇ ਡਾਇਰੈਕਟ ਕੀਤੀ ਉਹ ਫਿਲਮ, ਅਤੇ ਉਹਨਾਂ ਨੇ ਉਹ ਤੋਂ ਵਧੀਆ ਕੰਮ ਕਢਾਇਆ। ਬਸ ਹਾਂ, ਸਾਨੂੰ ਪਹਿਲੇ 2-3 ਦਿਨ ਲੱਗੇ ਕਿ ਉਹਦੇ ਕਰੈਕਟਰ ਨੂੰ ਸੈੱਟ ਕਰਨ ਲਈ ਕਿ, ਐਂਡ ਅਸੀਂ ਕੋਸ਼ਿਸ਼ ਉਹ ਕੀਤੀ ਕਿ ਜਿੰਨ ਉਹਦੇ ਕੰਫਰਟ ਜ਼ੋਨ 'ਚ, ਕਿ ਜਿੰਨਾ ਕੁ ਗੁਰਨਾਮ ਜਿਹੋ ਜਿਹਾ ਹੈਗਾ ਕਰੈਕਟਰ ਉਹਦੇ ਜਿੰਨਾ ਨੇੜੇ ਰਹੇ, ਤਾਂ ਕਿ ਪਹਿਲੀ ਪਹਿਲੀ ਫਿਲਮ ਹੈ ਅਤੇ ਹਰ ਬੰਦੇ ਲਈ ਥੋੜ੍ਹਾ ਔਖਾ ਹੁੰਦਾ। ਇੱਕ ਹੋਰ ਧਾਲੀਵਾਲ ਬਾਈ ਦਾ ਹੈ ਕਿ ਸਰ ਤੁਸੀਂ ਕਿਸਮਤ ਮੂਵੀ ਦਾ ਆਈਡੀਆ ਤੁਹਾਨੂੰ ਕਿੱਥੋਂ ਆਇਆ? ਕਿਸਮਤ ਮੂਵੀ ਦਾ ਮੇਰਾ ਇੱਕ ਫਰੈਂਡ ਹੈ ਰਿਸ਼ੀ, ਉਹਦੀ ਰੀਅਲ ਲਵ ਸਟੋਰੀ ਤੋਂ, ਜਿਹੜਾ ਫਿਲਮ ਦਾ ਥੋਟ ਕਹਿ ਸਕਦੇ ਹਾਂ, ਉਹਦੀ ਸਟੋਰੀ ਉਹਦੇ ਨਾਲ ਕੋਈ ਮਿਲਦੀ ਜੁਲਦੀ ਨਹੀਂ, ਬਟ ਜਿਹੜਾ ਫਿਲਮ ਦਾ ਥੋਟ ਹੈ ਕਿ ਇੱਕ ਹੋਪ, ਇੱਕ ਬੰਦੇ ਦੀ, ਇਨਸਾਨ ਦੀ ਹੋਪ ਉਹਦੀ ਲਾਈਫ 'ਚ ਬਹੁਤ ਵੱਡਾ ਰੋਲ ਪਲੇ ਕਰਦੀ ਹੈ, ਅਤੇ ਉਹ ਮੈਨੂੰ ਉੱਥੋਂ ਆਇਆ ਸੀਗਾ। ਦੈਨ ਫਿਰ ਉਹਨੂੰ ਹੌਲੀ 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 3-4 ਸਾਲ ਲਾ ਕੇ ਡਿਵੈਲਪ ਕੀਤਾ। ਇੱਕ ਹੈ ਕਿ ਗੁੱਡੀਆਂ ਪਟੋਲੇ ਜ਼ਰੂਰ ਬਣਾਇਓ ਸਰ, ਅਤੇ ਗੁਰਨਾਮ ਸਰ ਨੂੰ ਹੀ ਲਿਓ। ਮਤਲਬ ਜ਼ਰੂਰੀ ਨਹੀਂ ਗਾ ਕਿ ਗੁੱਡੀਆਂ ਪਟੋਲੇ ਬਣਾਈਏ ਦੁਬਾਰੇ, ਹੈ ਨਾ, ਜੇ ਕੁਛ ਉਹਦੇ ਨਾਲ ਮਿਲਦਾ ਜੁਲਦਾ ਜੇ ਕੋਈ ਕੰਸੈਪਟ ਆਇਆ ਤਾਂ ਫੋਰ ਸ਼ੋਰ ਅਸੀਂ ਬਣਾਵਾਂਗੇ। ਸਰ ਤੁਸੀਂ ਸੀਕੁਅਲ ਪਾਰਟ ਦੇ ਅੰਦਰ ਕਿੰਨਾ ਬਿਲੀਵ ਕਰਦੇ ਹੋ ਕਿ ਯਾਰ ਇੱਕ ਮੂਵੀ ਹਿੱਟ ਹੋ ਗਈ ਉਹਦਾ ਸੀਕੁਅਲ ਪਾਰਟ ਆਉਣਾ ਚਾਹੀਦਾ, ਕਿੰਨਾ ਤੁਸੀਂ ਬਿਲੀਵ ਕਰਦੇ ਹੋ? ਯਾਰ ਤੁਹਾਡੇ ਲਈ ਇਹ ਹੈ ਕਿ ਨਹੀਂ ਯਾਰ ਨਵੀਂ ਸਟੋਰੀ ਨਵਾਂ ਨਾਮ ਹੋਵੇ ਤਾਂ ਆਪਾਂ ਉੱਦਾਂ ਚੱਲੀਏ? ਐਕਚੁਲੀ ਸੀਕੁਅਲ ਪਾਰਟ ਦਾ ਇਹ ਹੁੰਦਾ ਕਿ ਜਾਂ ਤਾਂ ਬਹੁਤ ਜ਼ਿਆਦਾ ਤੁਹਾਡੀ ਸਟੋਰੀ ਜਾਂ ਤੁਹਾਡਾ ਕੁਛ ਫਿਲਮ ਦਾ ਫਲੋ ਤੁਹਾਡੇ ਸੀਕੁਅਲ ਨਾਲ ਜੁੜਨਾ ਚਾਹੀਦਾ, ਬਟ ਮੈਨੂੰ ਲੱਗਦਾ ਕਿ ਪੰਜਾਬੀ ਇੰਡਸਟਰੀ 'ਚ ਥੋੜ੍ਹਾ ਜਿਹਾ ਸੀਕੁਅਲ ਨੂੰ ਇੱਕ ਪ੍ਰੋਫਿਟ ਦੇ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਂਦਾ। ਅੱਜ ਕੱਲ੍ਹ ਹਰ ਦੂਜੀ ਫਿਲਮ ਦਾ ਸੀਕੁਅਲ ਬਣ ਰਿਹਾ, ਹੈ ਨਾ, ਤਾਂ ਕਿਤੇ ਨਾ ਕਿਤੇ ਅਸੀਂ ਇਸ ਥੋਟ 'ਚ ਸੀਗੇ ਵੀ ਕਿਸਮਤ 2 ਲੈ ਕੇ ਆਈ ਹੈ ਨਾ, ਬਟ ਹੁਣ ਇੰਨੀਆਂ ਫਿਲਮਾਂ ਦੇ ਪਾਰਟ 2 ਬਣ ਰਿਹਾ ਤਾਂ ਅਸੀਂ ਉਹ ਡਰੋਪ ਕਰਤਾ ਆਈਡੀਆ ਕਿ ਯਾਰ ਹਾਲ ਫਿਲਹਾਲ ਦੀ ਘੜੀ ਨਹੀਂ ਬਣਾਉਂਦੇ, ਹੈ ਨਾ। ਸੋ ਤੁਹਾਡੀ ਫਿਲਮ ਆ ਰਹੀ ਹੈ ਦਿਲਜੀਤ ਨਾਲ ਵੀ, ਛੜਾ, ਸੋ ਉਹ ਕਦੋਂ ਦਾ ਹੈ ਉਹਦਾ ਰਿਲੀਜ਼ਿੰਗ ਟਾਈਮ ਕਹਿ ਸਕਦੇ ਆਪਾਂ, ਕਦੋਂ ਸਾਨੂੰ ਇੱਕ ਵਧੀਆ ਕੰਟੈਂਟ ਦੁਬਾਰਾ ਦੇਖਣ ਨੂੰ ਮਿਲੂਗਾ? ਉਹ ਆ ਰਹੀ ਹੈ ਜੀ 21 ਜੂਨ, ਅਤੇ ਉਹ ਫਿਲਮ ਦਾ ਜਿਹੜਾ ਆਈਡੀਆ ਹੈ ਉਹ ਦਿਲਜੀਤ ਬਾਈ ਦਾ ਹੈ। ਮਤਲਬ ਉਹਨਾਂ ਨੇ ਉਹ ਆਈਡੀਆ ਮੈਨੂੰ ਸੁਜੈਸਟ ਕੀਤਾ ਸੀਗਾ ਕਿ ਇਸ ਆਈਡੀਆ 'ਤੇ ਆਪਾਂ ਕੁਛ ਕੰਮ ਕਰੀਏ, ਹੈ ਨਾ, ਅਤੇ ਦੈਨ ਫਿਰ ਉਹਦੀ ਸਟੋਰੀ, ਸਕਰੀਨ ਪਲੇ, ਡਾਇਲੋਗ ਫਿਰ ਮੈਂ ਡਿਵੈਲਪ ਕੀਤਾ। ਸੋ ਤੁਸੀਂ ਇਸ ਟਾਈਮ ਹਰ ਇੱਕ ਆਰਟਿਸਟ ਨਾਲ ਕੰਮ ਕਰ ਸਕਦੇ ਹੋ, ਤੁਹਾਡਾ ਫੇਵਰੇਟ ਆਰਟਿਸਟ ਕੌਣ ਹੈ ਜਿਹਨਾਂ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ? ਪੰਜਾਬੀ 'ਚ ਕਿ ਹਿੰਦੀ 'ਚ? ਦੋਨਾਂ 'ਚ ਦੱਸੋ, ਬੋਲੀਵੁੱਡ ਵਿੱਚ ਅਤੇ ਬੋਲੀਵੁੱਡ ਵਿੱਚ ਵੀ। ਬੋਲੀਵੁੱਡ 'ਚ ਮੈਂ ਰਣਵੀਰ ਕਪੂਰ ਨਾਲ ਕੰਮ ਕਰਨਾ ਚਾਹੁੰਦਾ, ਮੈਨੂੰ ਮਤਲਬ ਬਹੁਤ ਪੋਟੈਂਸ਼ੀਅਲ ਲੱਗਦਾ ਉਹਨਾਂ 'ਚ, ਅਤੇ ਬੋਲੀਵੁੱਡ 'ਚ ਅਮਰਿੰਦਰ ਗਿੱਲ। ਸੋ ਹੋਪ ਕਰਦੇ ਕਿ ਜਲਦੀ ਆਵੇ ਉਹ ਟੀਮ। ਸੋ ਇੱਕ ਗੱਲ ਹੋਰ ਕਰਨੀ ਸੀ ਕਿ ਜਦੋਂ ਮਤਲਬ ਰਾਈਟਰ ਦਾ ਮਤਲਬ ਐਜ਼ ਆ ਜਿਹੜਾ ਕੰਮ ਹੁੰਦਾ ਨਾ ਕਿ ਬਹੁਤ ਵਧੀਆ ਕਰ ਰਿਹਾ ਇਸ ਟਾਈਮ, ਕੋਈ ਐਜ਼ ਆ ਰਾਈਟਰ ਤੁਹਾਡਾ ਫੇਵਰੇਟ ਹੈਗਾ ਕਿ ਜਿਹੜਾ ਬਹੁਤ ਵਧੀਆ ਕੰਮ ਕਰ ਰਿਹਾ, ਤੁਹਾਨੂੰ ਹੋਵੇ ਕਿ ਯਾਰ ਅੱਗੇ ਇਸ ਰਾਈਟਰ ਦਾ ਬਹੁਤ ਵਧੀਆ ਕੰਟੈਂਟ ਦੇਖਣ ਨੂੰ ਮਿਲ ਸਕਦਾ ਮੈਨੂੰ? ਪੰਜਾਬੀ 'ਚ ਤਾਂ ਅੰਬਰ ਬਾਈ ਹੈ, ਅੰਬਰਦੀਪ, ਉਹਨਾਂ ਦਾ ਮੈਨੂੰ ਕੰਟੈਂਟ ਹਮੇਸ਼ਾ ਹੀ ਵਧੀਆ ਲੱਗਦਾ, ਹੈ ਨਾ, ਅਤੇ ਮੈਂ ਸਟਰਗਲਿੰਗ ਡੇਜ਼, ਜਦੋਂ ਮੇਰੇ ਸਟਰਗਲਿੰਗ ਡੇਜ਼ ਸੀਗੇ, ਅਸੀਂ ਦੋਨਾਂ ਨੇ ਐਕਚੁਅਲੀ ਇਕੱਠੇ ਜਿਹੇ ਹੀ ਸਟਾਰਟ ਕੀਤਾ ਸੀ ਫਿਲਮਾਂ 'ਚ। ਬੋਂਬੇ ਉਹ ਮੇਰੇ ਤੋਂ ਕਾਫੀ ਪਹਿਲਾਂ ਜਾ ਕੇ ਉਹਨਾਂ ਨੇ ਟੀ ਵੀ 'ਚ ਬਹੁਤ ਸਟਰਗਲ ਕੀਤਾ, ਬਟ ਫਿਲਮਾਂ 'ਚ ਅਸੀਂ ਦੋਨੇ ਆਲਮੋਸਟ ਇਕੱਠੇ ਜਿਹੇ ਹੀ ਸੀਗੇ, ਅਤੇ ਬਾਈ ਨੂੰ ਵਧੀਆ ਫਿਲਮਾਂ ਮਿਲ ਗਈਆਂ, ਮੈਨੂੰ ਢੰਗ ਦੀਆਂ ਨਹੀਂ ਮਿਲੀਆਂ, ਤਾਂ ਫਿਰ ਮੈਨੂੰ 3-4 ਸਾਲ ਲੱਗ ਗਏ, ਬਟ ਤਾਂ ਕਰਕੇ, ਬਟ ਉਹਨਾਂ ਦਾ ਕੰਟੈਂਟ ਮੈਨੂੰ ਸ਼ੁਰੂ ਤੋਂ ਹੀ ਵਧੀਆ ਲੱਗਦਾ। ਬਟ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਤੁਹਾਨੂੰ ਵਧੀਆ ਮੂਵੀ ਨਹੀਂ ਮਿਲੀਆਂ, ਆਪਾਂ ਗੱਲ ਕਰਦੇ ਹਾਂ ਕਿ ਕੋਈ ਮੂਵੀ ਹਿੱਟ ਹੋਈ ਉਦੋਂ ਕੀ ਕਹਿੰਦੇ ਕਿ ਹੀਰੋ ਜਾਂ ਹੀਰੋਇਨ ਦੀ ਐਕਟਿੰਗ ਹੈ, ਆਪਣੀ ਪੰਜਾਬੀ ਇੰਡਸਟਰੀ ਅੱਜ ਕੱਲ੍ਹ ਇਹੀ ਕਹਿੰਦੀ ਹੈ। ਕਦੇ ਇੱਦਾਂ ਤਾਂ ਹੋਇਆ ਕਿ ਰਾਈਟਰ ਵਾਸਤੇ ਵੀ ਆਇਆ ਹੋਵੇ ਕਿ ਯਾਰ ਰਾਈਟਰ ਦਾ ਵਧੀਆ ਕੰਮ ਸੀਗਾ ਜਾਂ ਰਾਈਟਰ ਦਾ ਬੇਕਾਰ ਕੰਮ ਸੀ, ਤੁਹਾਨੂੰ ਕਦੇ ਸੁਣਨ ਨੂੰ ਇਹ ਚੀਜ਼ਾਂ ਮਿਲੀਆਂ? ਨਹੀਂ ਮਿਲਦੀਆਂ ਹੀ ਆ, ਹੁਣ ਤਾਂ ਹੁਣ ਲੋਕਾਂ ਨੂੰ ਥੋੜ੍ਹਾ ਜਿਹਾ ਨੋਨ ਹੋ ਗਿਆ, ਹੈ ਨਾ, ਹੁਣ
ਹਰ ਬੰਦੇ ਦਾ ਮਤਲਬ ਹੁਣ ਇਹ ਨਹੀਂ ਰਹਿੰਦਾ ਕਿ ਨਾਮ ਹੈ, ਹੁਣ ਜਿਵੇਂ ਜਸ ਬਾਈ ਆ ਨਾ, ਉਹਨਾਂ ਦੀਆਂ ਜਿਹੜੀਆਂ ਵਧੀਆ ਫਿਲਮਾਂ ਹੈ, ਰੱਬ ਦਾ ਰੇਡੀਓ ਹੈ, ਬੰਬੂ ਘਾਟ ਹੈ, ਹੈ ਨਾ, ਉਹਨਾਂ ਫਿਲਮਾਂ ਲਈ ਉਹਨਾਂ ਦੀ ਤਾਰੀਫ ਵੀ ਹੁੰਦੀ ਹੈ ਕਿ ਉਹਨਾਂ ਨੇ ਇੰਨੀਆਂ ਵਧੀਆ, ਜੇਮਸ ਜੱਟ, ਜੇਮਸ ਬੌਂਡ ਹੈ, ਜਿਹੜੀਆਂ ਉਹਨਾਂ ਦੀਆਂ ਮਾੜੀਆਂ ਫਿਲਮਾਂ ਹੈ ਵੀ ਅਫਸਰ ਹੈ, ਜਿਵੇਂ ਫਿਲਮ ਨਹੀਂ ਵਧੀਆ, ਹੈ ਨਾ, ਬਾਇਲਾਸ ਨਹੀਂ ਵਧੀਆ, ਤਾਂ ਲੋਕ ਰਾਈਟਰ ਨੂੰ ਵੀ ਬਹੁਤ ਜ਼ਿਆਦਾ ਦੋਸ਼ ਦਿੰਦੇ ਆ, ਇੰਡਸਟਰੀ 'ਚ ਤਾਂ ਦਿੰਦੇ ਹੀ ਦਿੰਦੇ ਆ। ਮਤਲਬ ਉਹ ਨੋਰਮਲ ਲੋਕਾਂ ਦੀ ਗੱਲ ਕਰੀਏ ਕਿ ਉਹਨਾਂ ਨੂੰ ਹਜੇ ਇਸ ਚੀਜ਼ ਦਾ ਹੋ ਗਿਆ ਤੁਹਾਨੂੰ, ਮਤਲਬ ਨੋਰਮਲ ਲੋਕਾਂ ਤੋਂ ਆਉਂਦੇ ਆ ਜਾਂ ਹਜੇ ਤਾਂ ਇੰਡਸਟਰੀ ਗੱਲ ਕਰਦੀ ਹੈ ਰਾਈਟਰ ਬਾਰੇ? ਮੈਨੂੰ ਲੱਗਦਾ ਕਿ ਹਜੇ ਨੋਰਮਲ ਲੋਕਾਂ 'ਚ ਓਨਾ ਬਹੁਤਾ ਫਰਕ ਨਹੀਂ ਪੈਂਦਾ ਕਿ ਰਾਈਟਰ ਕੌਣ ਹੈ ਫਿਲਮ ਦਾ, ਹੈ ਨਾ। ਜਿਹੜੇ ਲੋਕ ਥੋੜ੍ਹੇ ਜਿਹੇ ਫਿਲਮ ਇੰਡਸਟਰੀ 'ਚ ਜਾਂ ਫਿਲਮਾਂ 'ਚ ਜ਼ਿਆਦਾ ਇੰਟਰਸਟ ਲੈਂਦੇ ਆ, ਉਹਨਾਂ ਲੋਕਾਂ ਨੂੰ ਹੀ ਮਤਲਬ ਰਹਿੰਦਾ ਕਿ ਕੌਣ ਰਾਈਟਰ ਹੈ, ਕੌਣ ਡਾਇਰੈਕਟਰ ਹੈ, ਬਾਕੀਆਂ ਨੂੰ ਤਾਂ ਚੰਗੀ ਫਿਲਮ ਨਾਲ ਮਤਲਬ ਹੈ। ਸੋ ਕਦੇ ਰਾਈਟਰ ਨੂੰ ਇੱਦਾਂ ਨਹੀਂ ਯਾਰ ਮੈਂ ਸੋਸ਼ਲੀ ਜ਼ਿਆਦਾ ਐਕਟਿਵ ਹੋਵਾਂ, ਮੈਂ ਲੋਕਾਂ ਦੇ ਵਿੱਚ ਰਹਾਂ ਤਾਂ ਕਿ ਪਤਾ ਚੱਲੇ ਕਿ ਮੇਰੀ ਮੂਵੀ ਹਿੱਟ ਗਈ ਹੈ, ਤੁਹਾਡੇ ਨਾਲ ਵੀ ਕਦੇ ਇੱਦਾਂ ਦਾ ਸੀਨ ਹੋਇਆ? ਨਹੀਂ ਐਕਚੁਅਲੀ ਮੈਨੂੰ ਬਾਕੀਆਂ ਦਾ ਨਹੀਂ ਪਤਾ, ਬਟ ਮੇਰੇ ਲਈ ਇੰਨਾ ਕਿਹਾ ਕਿ ਮੈਂ ਇਸ ਇੰਡਸਟਰੀ 'ਚ ਕੰਮ ਕਰ ਰਿਹਾ, ਹੈ ਨਾ, ਮੈਨੂੰ ਜ਼ਿਆਦਾ ਸੋਸ਼ਲ ਹੋ ਕੇ ਮੈਨੂੰ ਇਹ ਨਹੀਂ ਇਹ, ਕਿਉਂਕਿ ਮੈਨੂੰ ਉਸ ਤੋਂ ਕੋਈ ਬੈਨੀਫਿਟ ਨਹੀਂ ਗਾ, ਮੈਨੂੰ ਤਾਂ ਕੰਮ ਪ੍ਰੋਡਿਊਸਰਾਂ ਨੇ ਜਾਂ ਡਾਇਰੈਕਟਰਾਂ ਨੇ ਹੀ ਦੇਣਾ, ਕਿਉਂਕਿ ਜਿਹੜੇ ਸਿੰਗਰ ਹੈ ਜਾਂ ਜਿਹੜੇ ਐਕਟਰ ਹੈ ਉਹਨਾਂ ਨੂੰ ਆਪਦੀ ਫੈਨ ਫੋਲੋਇੰਗ ਵਧਾਉਣੀ ਹੈ ਨਾ, ਉਹਨਾਂ ਦਾ ਇੱਕ ਅੱਡ ਬਿਜ਼ਨਸ ਅੱਡ ਹੈ ਉਹਨਾਂ ਦਾ, ਅਤੇ ਸਾਡਾ ਤਾਂ ਡਾਇਰੈਕਟ ਜੇ ਡਾਇਰੈਕਟ ਫਿਲਮ ਚੱਲੂਗੀ ਤਾਂ ਡਾਇਰੈਕਟਰ ਸੱਦਣਗੇ, ਪ੍ਰੋਡਿਊਸਰ ਸੱਦਣਗੇ, ਸੋ ਉਨਾ ਫਰਕ ਨਹੀਂ ਪੈਂਦਾ। ਇੱਕ ਸਵਾਲ ਇਹ ਬਹੁਤ ਸਾਰੇ ਲੋਕਾਂ ਨੇ ਪੁੱਛਿਆ, ਹੈ ਨਾ, ਤਾਂ ਇਹਨਾਂ ਨੇ ਨਾਂ ਤਾਂ ਨਹੀਂ ਲਿਖਿਆ, ਵਾਈਟ ਥਿੰਕਰ ਇਹਨਾਂ ਦਾ ਆਈ ਡੀ ਹੈ, ਇਹਨਾਂ ਨੇ ਪੁੱਛਿਆ ਕਿ ਕਿਸਮਤ ਦੇ ਐਂਡ 'ਚ ਸਰਗੁਣ ਨੂੰ ਕਿਉਂ ਮਾਰਿਆ, ਅਤੇ ਇਹ ਐਕਚੁਅਲੀ ਜਿਹੜਾ ਸਟੋਰੀ ਦਾ ਸਕ੍ਰਿਪਟ ਦਾ ਫਲੋ ਸੀਗਾ ਨਾ, ਤਾਂ ਉਹਦੇ ਅਕੋਰਡਿੰਗ ਬੈਟਰ ਕਲਾਈਮੈਕਸ ਇਹੀ ਸੀਗਾ ਕਿ ਉਹਨੂੰ ਮਾਰਿਆ ਜਾਵੇ। ਅਤੇ ਜਦੋਂ ਮੈਂ ਬਹੁਤ ਸਾਰੇ ਲੋਕਾਂ ਨਾਲ ਪੰਜਾਬੀ ਇੰਡਸਟਰੀ 'ਚ ਸਕ੍ਰਿਪਟ ਡਿਸਕਸ ਕੀਤੀ ਸੀ, ਤਾਂ ਹਰ ਬੰਦੇ ਦਾ ਕਹਿਣਾ ਸੀਗਾ ਕਿ ਯਾਰ ਐਂਡ ਬਹੁਤ ਸੈਡ ਹੈ ਨਾ, ਇਹ ਵਰਕ ਨਹੀਂ ਕਰਨਾ, ਪੰਜਾਬ 'ਚ ਨਹੀਂ ਚੱਲਦਾ, ਲੋਕ ਹੱਸਣਾ ਪਸੰਦ ਕਰਦੇ, ਤੁਸੀਂ ਇੰਨਾ ਰਵਾ ਕੇ ਘੱਲੋਗੇ। ਅਤੇ ਮੈਂ ਇਹਦਾ ਇੱਕ ਅਲਟਰਨੇਟ ਐਂਡ ਵੀ ਲਿਖਿਆ ਸੀਗਾ ਵੀ ਜਿਹਦੇ 'ਚ ਸਰਗੁਣ ਨਹੀਂ ਮਰਦੀ, ਐਂਡ ਮੇਰਾ ਸ਼ੂਟਿੰਗ ਤੋਂ 5 ਕੁ ਦਿਨ ਜਾਣ ਤੱਕ ਇਹ ਸੀਗਾ ਕਿ ਮੈਂ ਦੋਨੇ ਕਲਾਈਮੈਕਸ ਸ਼ੂਟ ਕਰੂੰਗਾ, ਐਂਡ ਦੈਨ ਆਡਿਟ ਔਨ ਐਡਿਟ ਆਈ ਵਿਲ ਡਿਸਾਈਡ ਕਿ ਮੈਂ ਕਿੱਧਰ ਜਾਣਾ। ਬਟ ਫਿਰ ਜਦੋਂ ਫਿਲਮ ਸ਼ੂਟ ਕਰਦੇ ਕਰਦੇ ਮੈਨੂੰ ਫਿਰ ਤੋਂ ਹੀ ਪਹਿਲੇ ਦਿਨ ਤੋਂ ਹੀ ਕਨਵਿਕਸ਼ਨ ਸੀ ਕਿ ਨਹੀਂ ਯਾਰ ਇਹਦੇ 'ਚ ਤਾਂ ਐਂਡ 'ਚ ਤਾਂ ਮਰਨੀ ਚਾਹੀਦੀ ਹੈ, ਤਾਂ ਫਿਲਮ ਉਸ ਸਟੋਰੀ ਲਈ ਇਹ ਬੈਟਰ ਮਤਲਬ ਕਲਾਈਮੈਕਸ ਹੈ, ਤਾਂ ਫਿਰ ਸਟੋਰੀ ਦੀ ਰਿਕੁਆਇਰਮੈਂਟ ਸੀ ਸਰਗੁਣ ਨੂੰ ਮਾਰਨਾ। ਅੱਛਾ ਚਲੋ ਤੁਸੀਂ ਸੈਕਿੰਡ ਡਰੋਪ ਕਰਤਾ ਹੈ ਨਾ, ਕਿਸਮਤ ਨੂੰ ਡਰੋਪ ਕਰਤੀ, ਲੇਕਿਨ ਉਹਦਾ ਕੀ ਕਲਾਈਮੈਕਸ ਸੀ ਪਹਿਲਾਂ ਹੀ ਜਾਣ ਲਈ? ਨਹੀਂ ਨਹੀਂ ਡਰੋਪ ਨਹੀਂ ਕੀਤਾ, ਅਸੀਂ ਹਾਲ ਦੀ ਘੜੀ ਡਰੋਪ ਕੀਤਾ, ਤਾਂ ਫਿਰ ਪਹਿਲਾਂ ਸੁਪਨਾ ਕਰ ਰਹੇ ਹਾਂ, ਫਿਰ ਮਾਈਟ ਵੀ ਉਦੋਂ ਬਾਅਦ। ਓਕੇ, ਹੁਣ ਤੱਕ ਇੱਕ ਹੈਗਾ ਕਿ ਹੁਣ ਤੱਕ ਲਾਈਫ 'ਚ ਸਭ ਤੋਂ ਮੋਟੀਵੇਟਿੰਗ ਥਿੰਗ ਹੈ ਨਾ, ਇਹ ਕਿਸੇ ਬਾਈ ਨੇ, ਹਾਂ ਕੰਵਰ ਤੂਰ ਬਾਈ ਨੇ ਪੁੱਛਿਆ, ਅਤੇ ਐਕਚੁਅਲੀ ਮੈਨੂੰ ਫਿਲਮ ਸਟਾਰਸ ਦੇ ਜਾਂ ਡਾਇਰੈਕਟਰਸ ਦੇ ਉਹਨਾਂ ਦੇ ਇੰਟਰਵਿਊਜ਼ ਬਹੁਤ ਇੰਸਪਾਇਰ ਕਰਦੇ, ਮੈਂ ਬਹੁਤ ਮਤਲਬ ਕੁਛ ਇੱਕ ਮੇਰੇ ਫੇਵਰੇਟ ਇੰਟਰਵਿਊਜ਼ ਹੈ ਜਿਹੜੇ ਮੈਂ ਡਾਊਨਲੋਡ ਕਰਕੇ ਆਪਦੇ ਲੈਪਟੋਪ 'ਚ ਰੱਖੇ ਹੋਏ ਹੈ ਨਾ, ਅੱਜ ਵੀ ਜੇ ਮੈਂ ਮੂਡ ਨਹੀਂ ਹੋ ਰਿਹਾ ਹੁੰਦਾ ਲਿਖਣ ਦਾ ਇੱਧਰ ਉੱਧਰ, ਔਰ ਤਾਂ ਮੈਂ 2 ਕੁ ਇੰਟਰਵਿਊ ਦੇਖ ਲੈਂਦਾ ਉਹਦੇ 'ਚੋਂ, ਤਾਂ ਕਿ ਫਿਰ ਤੋਂ ਚਾਰਜ ਅਪ ਹੋ ਜਾ, ਐਂਡ ਦੈਨ ਫਿਰ ਥੋੜ੍ਹਾ ਜਿਹਾ ਫੋਕਸ ਹੋ ਜਾ ਕਿ ਜਿਹੜੇ ਲੋਕ ਲਾਈਫ 'ਚ ਸਕਸੈਸਫੁੱਲ ਆ ਨਾ ਉਹ ਕਿਉਂ ਸਕਸੈਸਫੁੱਲ ਆ, ਉਹਨਾਂ ਦੇ ਪਿੱਛੇ ਕੀ ਸਟੋਰੀ ਹੈ, ਅਤੇ ਉਹ ਚੀਜ਼ਾਂ ਮੈਨੂੰ ਬਹੁਤ ਮੋਟੀਵੇਟ ਕਰਦੀਆਂ। ਛੋਟੀ ਜਿਹੀ ਉਮਰ ਵਿੱਚ ਤੁਸੀਂ ਡਿਸੀਜ਼ਨ ਲੈ ਲਿਆ ਕਿ ਮੈਂ ਇਸ ਫੀਲਡ ਵਿੱਚ ਜਾਊਂਗਾ, ਤੁਸੀਂ ਕਿ ਬਾਲੀਵੁੱਡ ਵਿੱਚ ਜਾਊਂਗਾ, ਹਾਂਜੀ, ਅਤੇ ਬਾਲੀਵੁੱਡ ਹੀ ਕਿਉਂ ਨਹੀਂ, ਮਤਲਬ ਬਾਲੀਵੁੱਡ ਜਾਣਾ ਹੀ ਕਿਉਂ ਜ਼ਰੂਰੀ, ਬਾਲੀਵੁੱਡ ਵੀ ਤਾਂ ਉਦੋਂ ਬਾਲੀਵੁੱਡ ਇੰਨਾ ਜ਼ਿਆਦਾ ਬਹੁਤਲੀ ਐਕਟਿਵ ਨਹੀਂ ਸੀਗਾ, ਮਤਲਬ ਉਹਨਾਂ ਦਿਨਾਂ 'ਚ ਤਾਂ ਬਹੁਤ ਇੱਕੀ ਦੁੱਕੀ ਜਿਹੀ ਫਿਲਮ ਆਉਂਦੀ ਹੁੰਦੀ ਸੀ ਕੋਈ ਨਾ ਕੋਈ, ਹੈ ਨਾ, ਅਤੇ ਮੈਨੂੰ ਯਾਦ ਆ ਉਹ ਬਾਲੀਵੁੱਡ ਦੀ ਵੀ ਇੱਕ ਸਾਡੇ ਘਰ ਕਿਸੇ ਫਿਲਮ ਦੀ ਵੀ ਉਹ ਸੀਗੀ VCR ਕੈਸੇਟ, ਉਹਦੇ ਵਿੱਚ ਨਾ ਇੱਕ ਐਡ ਵਿੱਚ ਜੇ ਗੈਪ ਆਉਂਦਾ ਸੀ ਉਹ 'ਚ ਗੁੱਗੂ ਜੀ ਦੀ ਇੱਕ ਲਾਈਨ ਹੁੰਦੀ ਸੀਗੀ ਕਿ ਜੌਨਾ ਮੋੜ ਦਾ ਰੋਲ ਕਰਨਾ ਮੇਰੇ ਲਈ ਇੱਕ ਸੁਪਨਾ ਸੀਗਾ, ਹੈ ਨਾ, ਤਾਂ ਉਹ ਇੱਕ ਲਾਈਨ ਮੈਂ ਹਜ਼ਾਰਾਂ ਵਾਰ ਰਿਫਾਈਂਡ ਕਰਕੇ ਦੇਖੀ ਹੋਣੀ ਹੈ,
ਬਟ ਉਦੋਂ ਪੰਜਾਬੀ ਇੰਡਸਟਰੀ ਦਾ ਇੰਨਾ ਥੋੜ੍ਹਾ ਜਿਹਾ ਘੱਟ ਰੌਲਾ ਸੀਗਾ, ਬੋਲੀਵੁੱਡ ਦਾ ਜ਼ਿਆਦਾ ਸੀਗਾ ਤਾਂ ਕਰਕੇ। ਬਟ ਅਸੀਂ ਹੁਣ ਥੈਂਕਸ ਕਰ ਸਕਦੇ ਹਾਂ ਤੁਹਾਨੂੰ ਕਿ ਇੱਕ ਬੋਲੀਵੁੱਡ ਨੂੰ ਤੁਸੀਂ ਹੋਰ ਇੱਕ ਲੈਵਲ 'ਤੇ ਲੈ ਗਏ ਅਤੇ ਹੋਰ ਅਸੀਂ ਕੰਟੈਂਟ ਵਧੀਆ ਦੇਖ ਸਕਦੇ ਹਾਂ ਅੱਗੇ ਆਉਣ ਵਾਲੇ ਟਾਈਮ 'ਚ। ਇੱਕ ਕਨਫਿਊਜ਼ਨ ਮੈਨੂੰ ਹੋਰ ਦੂਰ ਕਰਨੀ ਹੈ ਕਿ ਨਾ ਤੁਹਾਡਾ ਬਰਥਡੇ ਕਦੋਂ ਆਉਂਦਾ, ਕਿਉਂਕਿ ਨੈੱਟ 'ਤੇ ਬਹੁਤ ਥਾਵਾਂ 'ਤੇ ਗਲਤ ਪਿਆ। ਐਕਚੁਲੀ ਮੇਰਾ ਜਿਹੜਾ ਬਰਥਡੇ ਹੈ, ਮੈਂ ਜਦੋਂ ਛੋਟਾ ਹੁੰਦਾ ਸੀਗਾ ਘਰਦਿਆਂ ਨੇ ਹਮੇਸ਼ਾ ਫਸਟ ਜੈਨ ਦੱਸਿਆ ਹੈ ਨਾ। ਓਕੇ, ਅਤੇ ਫਿਰ ਬਹੁਤ ਚਿਰ ਚੱਲਦਾ ਰਿਹਾ ਫਸਟ ਜੈਨ, ਸਕੂਲ 'ਚ ਵੀ ਫਸਟ ਜੈਨ ਸਭ ਥਾਂ, ਅਤੇ ਬਹੁਤ ਬਾਅਦ 'ਚ ਜਾ ਕੇ ਮੈਂ ਘਰਦਿਆਂ ਨਾਲ ਗੱਲ ਗੁਲ ਕੀਤੀ, ਉਹਦੇ ਕੋਈ ਗੱਲ ਹੋਈ ਸੀਗੀ ਹੈ ਨਾ, ਅਤੇ ਪੁੱਛਿਆ ਵੀ ਡੇਟ ਆਫ ਬਰਥ ਕੀ ਹੈ, ਕਹਿੰਦੇ ਵੀ 1 ਜਨਵਰੀ ਹੈ, ਅਤੇ ਮੈਂ ਕਿਹਾ ਟਾਈਮ, ਉਹ ਕੁੰਡਲੀ ਬਣਵਾਉਣੀ ਸੀ ਕਿਤੋਂ, ਅਤੇ ਉਹਨਾਂ ਨੇ ਜਦੋਂ ਮੈਨੂੰ ਟਾਈਮ ਦੱਸਿਆ ਅਤੇ ਉਹ ਰਾਤ ਨੂੰ 1:45 'ਤੇ ਸੀਗਾ, 35 ਜਾਂ 45 ਮਿੰਟ 'ਤੇ ਹੈ ਨਾ, ਤਾਂ ਉਹ ਮਤਲਬ 2 ਤਰੀਕ ਹੋ ਗਈ ਸੀਗੀ ਤਾਂ। ਬਟ ਉਦੋਂ ਤਾਂ ਹੀ ਸਕੂਲ ਫਰੈਂਡਸ ਨੂੰ, ਕਾਲਜ ਫਰੈਂਡਸ ਨੂੰ, ਸਭ ਨੂੰ 1 ਜਨਵਰੀ ਪਤਾ ਸੀ ਹੈ ਨਾ, ਅਤੇ ਫਿਰ ਹੁਣ ਅੱਧ ਦੀ ਦੁਨੀਆ 1 ਨੂੰ ਵਿਸ਼ ਕਰਦੀ ਹੈ, ਬਟ ਓਰੀਜਨਲੀ 8 ਸੈਕਿੰਡ 'ਚ ਹੈ। ਤੁਸੀਂ ਕਦੋਂ ਕੇਕ ਕੱਟਣਾ ਪਸੰਦ ਕਰਦੇ, 1 ਨੂੰ ਜਾਂ 2 ਨੂੰ? ਫਿਰ ਨਹੀਂ, ਐਂ ਕੁਛ ਚੱਕਰ ਨਹੀਂ ਗਾ, ਓਰੀਜਨਲ ਤਾਂ ਹੁਣ 2 ਹੈ, ਪਰ ਸਾਰੇ 1 ਨੂੰ ਹੀ ਮਨਾਉਂਦੇ ਆਏ ਆ, ਤਾਂ ਕੋਈ ਇੰਨਾ ਕੋਈ ਫਿਕਸ ਨਹੀਂ ਗਾ। ਥੈਂਕ ਯੂ ਫੋਰ ਕਮਿੰਗ ਬੱਲੇ ਬੱਲੇ, ਅਤੇ ਹੋਪ ਕਰਦੇ ਹਾਂ ਜਲਦੀ ਜਲਦੀ ਵਧੀਆ ਵਧੀਆ ਕੰਟੈਂਟ ਮਿਲੇ ਸਾਨੂੰ, ਹੋਰ ਮੂਵੀਜ਼ ਮਿਲਣ ਜੋ ਕਿ ਇੱਕ ਅਲੱਗ ਰਿਕਾਰਡ ਸੈੱਟ ਕਰਨ ਪੰਜਾਬੀ ਇੰਡਸਟਰੀ ਦਾ। ਥੈਂਕ ਯੂ ਫੋਰ ਕਮਿੰਗ।